ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਕਰਾਂਗੇ ਭਾਈ ਸਤਵਿੰਦਰ ਸਿੰਘ ਜੀ, ਹਰਵਿੰਦਰ ਸਿੰਘ ਜੀ ਦੀ ਗਾਇਨ ਕੀਤੀ ਹੋਈ ਰੀਤ ਦੇ ਵਿੱਚ। ਪਾਵਨ ਸ਼ਬਦ ਹੈ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਮਤਸਪਤਕ ਦੇ ਤੀਸਰੇ ਕਾਲੇ ਤੋਂ ਵੀਰਾਂ ਦੇ ਸਕੇਲ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ, ਇਸ ਰੀਤ ਨੂੰ ਕਰਾਂਗੇ। ਮੇਰੀਆਂ ਭੈਣਾਂ ਦੇ ਸਕੇਲ ਤੋਂ ਵੀ ਪੰਜਵੇਂ ਕਾਲੇ ਤੋਂ ਇਸ ਸ਼ਬਦ ਦੀ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ। ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਉਸਦਾ ਲਿੰਕ ਦੇਖੋ ਜੀ। ਕਹਿਰਵੇ ਤਾਲ ਦੇ ਵਿੱਚ ਇਹ ਰੀਤ ਹੈ। ਕਹਿਰਵੇ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਬੇਸਿਕ ਇਹ ਜਿਹੜੀ ਰੀਤ ਹੈ ਰਾਗ ਬਿਲਾਵਲ ਦੇ ਵਿੱਚ, ਸ਼ੁੱਧ ਬਿਲਾਵਲ ਦੇ ਵਿੱਚ ਕੰਪੋਜ਼ ਕੀਤੀ ਗਈ ਹੈ। ਸਾਰੇ ਹੀ ਸ਼ੁੱਧ ਸਵਰ ਲੱਗਦੇ ਹਨ। ਪਹਿਲੀ ਸਰਗਮ ਵਾਲੇ ਸਾ ਰੇ ਗਾ ਮਾ ਪਾ ਧਾ ਨੀ ਸਾ ਨੀ ਧਾ ਪਾ ਮਾ ਗਾ ਰੇ ਸਾ, ਸਾਰੇ ਸ਼ੁੱਧ ਸਵਰ ਲੱਗ ਰਹੇ ਹਨ। ਸ਼ੁਰੂ ਵਿੱਚ ਮੈਂ ਸੰਪੂਰਨ ਸ਼ਬਦ ਗਾਇਨ ਕਰਕੇ ਦੱਸਾਂਗਾ ਤਬਲੇ ਦੀ ਤਾਲ ਦੇ ਨਾਲ। ਲਾਸਟ ਵਿੱਚ ਜਾ ਕੇ ਆਪਾਂ ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਸਰਗਮ ਦੇ ਉੱਤੇ ਸਾਰੇ ਹੀ ਅੰਤਰੇ ਸਲੋ ਸਲੋ ਵਜਾ ਕੇ ਦੱਸਾਂਗੇ, ਤਾਂ ਜੋ ਆਪ ਸਾਰੀ ਸੰਗਤ ਨੂੰ ਬਹੁਤ ਹੀ ਸੌਖੇ ਢੰਗ ਨਾਲ ਇਹ ਸ਼ਬਦ ਗਾਇਨ ਕਰਨਾ ਆ ਜਾਵੇ। ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਪੂਰਾ ਦੇਖਣਾ ਹੈ, ਤਾਂ ਹੀ ਤੁਹਾਨੂੰ ਇਸ ਸ਼ਬਦ ਦਾ ਗਾਉਣ ਦਾ ਲਹਿਜਾ, ਕਿਸ ਤਰ੍ਹਾਂ ਤੁਸੀਂ ਸਟੇਜ 'ਤੇ ਸੁੰਦਰ ਤਰੀਕੇ ਨਾਲ ਗਾਇਨ ਕਰ ਸਕਦੇ ਹੋ ਤਬਲੇ ਦੀ ਤਾਲ ਦੇ ਨਾਲ, ਤੁਹਾਨੂੰ ਦੇਖ ਕੇ ਸੁਣ ਕੇ ਪਤਾ ਲੱਗੇਗਾ। ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਫਿਰ
ਗੁਰਮਤ ਮੈਂ ਸ਼ਬਦ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਹੁਣ ਅਸਥਾਈ ਅਤੇ ਅੰਤਰੀ ਦੀ ਸਰਗਮ ਅਤੇ ਸਰਗਮ ਦੇ ਉੱਤੇ ਸ਼ਬਦ ਦੇਖੋ ਜੀ। ਦਾਤਾ ਉਹ ਨਾ ਮੰਗੀ ਹੈ, ਇਹਦੀ ਸਰਗਮ ਦੇਖੋ। ਸਾਰੇ ਰੇ ਗਾ 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 ਮਾ ਗਾ ਰੇ ਰੇ ਗਾ ਰੇ ਸਾ। ਫਿਰ ਸਲੋ ਦੇਖੋ। ਦਾਤਾ ਸਾਰੇ ਰੇ ਗਾ ਉਹ ਨਾ ਮੰਗੀ ਹੈ, ਗਾ ਗਾ ਮਾ ਗਾ ਰੇ ਗਾ ਰੇ ਗਾ ਰੇ ਸਾ। ਸ਼ਬਦ ਉਹ ਨਾ ਮੰਗੀ ਹੈ। ਦੂਜੀ ਵਾਰੀ ਫਿਰ ਬੋਲਣਾ ਹੈ। ਦਾਤਾ ਉਹ ਨਾ ਮੰਗੀ ਹੈ, ਫਿਰ ਮੰਗਣ ਜਾਈਏ ਫਿਰ ਮੰਗਣ ਜਾਈਏ। ਸਰਗਮ ਰੇ ਸਾ ਸਾ ਨੀ ਪਾ ਧਾ ਧਾ ਸਾ, ਰੇ ਸਾ ਸਾ ਨੀ ਪਾ ਧਾ ਧਾ ਸਾ। ਸ਼ਬਦ ਦੇ ਬੋਲ। ਫਿਰ ਮੰਗਣ ਜਾਈਏ ਫਿਰ ਮੰਗਣ ਜਾਈਏ। ਫਿਰ ਦੁਬਾਰਾ। ਦਾਤਾ ਉਹ ਨਾ ਮੰਗੀਏ, ਦਾਤਾ ਇਹ ਤੁਸੀਂ ਕਰ ਸਕਦੇ ਹੋ ਅਗਰ ਕਰਨਾ ਹੈ। ਦਾਤਾ ਸਰਗਮ ਸਾਰੇ ਪਾ ਗਾ ਮਾ ਗਾ
ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਫਿਰ ਤੁਸੀਂ ਦੂਸਰੀ ਵਾਰੀ ਇਸਤਾ ਵੀ ਕਰ ਸਕਦੇ, ਫਿਰ ਮੰਗਣ ਜਾਈਏ ਫਿਰ ਮੰਗਣ ਜਾਈਏ। ਸਰਗਮ ਦੇਖੋ, ਰੇ ਸਾ ਸਾ ਨੀ ਪਾ ਧਾ ਗਾ ਰੇ ਸਾ ਫਿਰ ਮੰਗਣ ਜਾਈਏ। ਠੀਕ ਹੈ ਜੀ, ਪਰ ਅੰਤਰਾ ਦੇਖੋ। ਇਹਦੇ ਤੇ ਸ਼ਬਦ ਦੇਖੋ, ਹੋਚਾ ਸਾ ਨਾ ਕੀਚੇ। ਨੈਕਸਟ ਲਾਈਨ, ਫਿਰ ਪਾਛੋ ਤਾਈਏ। ਸਰਗਮ, ਨੀ ਨੀ ਸਾ ਧਾ ਧਾ ਪਾ ਮਾ ਗਾ ਮਾ ਧਾ ਪਾ ਪਾ। ਫਿਰ ਦੇਖ, ਨੀ ਨੀ ਸਾ ਧਾ ਧਾ ਪਾ ਮਾ ਗਾ ਮਾ ਧਾ ਪਾ ਪਾ। ਸ਼ਬਦ ਤੇ ਬੋਲ, ਫਿਰ ਪਾਛੋ ਤਾਈਏ ਫਿਰ ਪਾਛੋ ਤਾਈਏ। ਜਦੋਂ ਅਸਥਾਈ ਵਿੱਚ ਵਾਪਸ ਆਉਣਾ ਹੈ, ਫਿਰ ਪਾਛੋ ਤਾਈਏ। ਸਰਗਮ, ਰੇ ਸਾ ਸਾ ਨੀ ਪਾ ਧਾ ਧਾ ਸਾ ਰੇ ਸਾ ਸਾ ਨੀ ਪਾ ਧਾ ਧਾ ਸਾ। ਸ਼ਬਦ, ਫਿਰ ਪਾਛੋ ਤਾਈਏ ਫਿਰ ਪਾਛੋ ਤਾਈਏ ਦਾਤਾ। ਫਿਰ ਅਸਥਾਈ ਆ ਜਾਣੀ। ਹੁਣ ਅਗਲੇ ਅੰਤਰੇ ਦੇਖੋ, ਸੇਮ ਸਰਗਮ, ਸਾਹਿਬ ਓ ਨਾ ਸੇਵੀਏ ਜਮ ਦੰਡ ਸਹਾਈਏ ਜਮ ਡੰਡ ਸਹਾਈਏ। ਠੀਕ ਹੈ, ਇੱਕ ਇੱਕ ਅੰਤਰਾ ਕਰਕੇ ਵੀ ਬੋਲ ਸਕਦੇ ਹੋ, ਜਿੱਦਾਂ ਮੈਂ ਦੋ ਦੋ ਲਗਾਏ ਹਨ ਉਸ ਤਰ੍ਹਾਂ ਵੀ ਬੋਲ ਸਕਦੇ ਹੋ, ਉਹ ਤੁਹਾਡੇ ਕੋਲ ਕਿੰਨਾ ਟਾਈਮ ਹੈ ਸਟੇਜ 'ਤੇ ਉਸ ਹਿਸਾਬ ਨਾਲ ਬੋਲਣਾ ਹੈ। ਅਗਲਾ ਅੰਤਰਾ ਦੇਖੋ, ਹੋ ਮੈਂ ਰੋਗ ਨਾ ਕੱਟੇ ਉਹ ਵੈਦ ਨਾ ਲਾਈਏ ਉਹ ਵੈਦ ਨਾ ਲਾਈਏ ਉਹ ਵੈਦ ਨਾ ਲਾਈਏ ਦਾਤਾ। ਠੀਕ ਹੈ ਜੀ, ਹੁਣ ਅਗਲਾ ਅੰਤਰਾ ਦੇਖੋ, ਸੇਮ ਸਰਗਮ ਹੈ ਜਿਹੜੀ ਪਹਿਲੇ ਅੰਤਰੇ ਵਿੱਚ ਕੀਤੀ ਹੈ, ਸੇਮ ਸਰਗਮ ਉਹੀ ਰਹੇਗੀ, ਸਿਰਫ ਸ਼ਬਦ ਦੇ ਬੋਲ ਚੇਂਜ ਹੋਣੇ ਹਨ। ਤੁਸੀਂ ਸ਼ਬਦ ਦੇ ਬੋਲ ਦੇਖ ਲਓ, ਕਿਹੜੇ ਕਿਹੜੇ ਸਵਰ 'ਤੇ ਕਿਹੜਾ ਕਿਹੜਾ ਸ਼ਬਦ ਦਾ ਬੋਲ ਆ ਰਿਹਾ ਹੈ। ਦੁਰਮਤ ਮੈਲ ਨਾ ਉਤਰੇ ਕਿਉਂ ਤੀਰਥ ਨਹੀਂ ਹੈ। ਠੀਕ ਹੈ, ਲਾਸਟ ਅੰਤਰ ਦੇਖੋ, ਪੀਰ ਮੁਰੀ ਦਾ ਪਿਰਹੜੀ
ਸੁਖ ਸਹਿਜ ਸਮਾਈਐ, ਸੁਖ ਸਹਿਜ ਸਮਾਈਐ, ਸੁਖ ਸਹਿਜ ਸਮਾਈਐ ਦਾਤਾ, ਉਹ ਨਾ ਮੰਗੀਐ ਦਾਤਾ, ਉਹ ਨਾ ਮੰਗੀਐ ਫਿਰ ਮੰਗਣ ਜਾਈਏ, ਫਿਰ ਮੰਗਣ ਜਾਈਏ, ਫਿਰ ਮੰਗਣ ਜਾਈਏ, ਫਿਰ ਮੰਗਣ ਜਾਈਏ, ਤਿੰਨ ਵਾਰੀ ਬੋਲ ਕੇ ਸ਼ਬਦ ਦੀ ਸਮਾਪਤੀ ਕਰ ਦੇਣੀ ਹੈ। ਤੁਹਾਡਾ ਇਹ ਸ਼ਬਦ ਸੰਪੂਰਨ ਹੋ ਗਿਆ ਹੈ। ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਦੇ ਉੱਤੇ ਸਾਰੇ ਹੀ ਅੰਤਰੇ ਲਗਾ ਕੇ ਦੱਸੇ ਗਏ ਹਨ। ਆਪ ਸਾਰਿਆਂ ਨੇ ਇਸ ਸ਼ਬਦ ਨੂੰ ਕੱਢ ਲੈਣਾ ਹੈ, ਮਿਹਨਤ ਕਰਕੇ ਆਪਣੇ ਗੁਰੂ ਘਰ ਗਾ ਲੈਣਾ ਹੈ ਜੀ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ। ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਇਹਨਾਂ ਚੈਨਲਾਂ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।